गल आपां कैप्टन अमरिंदर सिंह जिन्हां नूं आपां कहिंदे आ कि शाही ठाठ नाल उह जिउंदे रहे आ, उन्हां दे शाही ठाठ नाल पूरे जिहड़े अपने नज़ारे लए आ, सरकारी खर्चां ते बुल्ले लुट्टे आ। पर जे आपां इश्तिहारबाजी जां आपां गल कर लईए हैलीकाप्टर दी, तां चरण सिंह चन्नी ने सारे रिकॉर्ड तोड़ दित्ते। चरण सिंह चन्नी नूं दिल्ली के भी वाह वाह गेड़े लाने पैंदे आ, चाहे ये गेड़े जिहड़े आ सरकारी होण जां पार्टी दे। बेचारे जांदे तां जहाज विच ही कुर्सी डाह के आ ना। कि अपने आप नूं आम आदमी पार्टी दसण वाला चरण सिंह चन्नी कितें प्रकाश सिंह बादल दी ढिल्ली जी पगड़ा भुलेखा तां नहीं पाउण लग पिया। कुर्सी जी है ना जी, वो इस करके गई आ कि हाई कमांड नूं इह भिणक पै गई सी कि कैप्टन अमरिंदर सिंह मोतियां वाली सरकार जिहड़ी आ उह हाई कमांड दे इशारे ते घट ते नरेंद्र मोदी दे इशारे ते जा चलदी आ। कैप्टन अमरिंदर सिंह दी जिवें हुण नरेंद्र मोदी मनदे आ, जे ऐं उह दोनों की यारी पई रही तां इह दूर कोई वड्डी गल नहीं है कि पंजाब दे अगले मुख्यमंत्री सुनील जाखड़ होण। सुनील जाखड़ हुण जिहड़े आ ना एडे इक साऊ आ कि जदों पंजाब प्रदेश दे प्रधान से कांग्रेस दे, उदों वो चरण सिंह चन्नी वांगू जहर नहीं सी घोलदे। द खालस टीवी परिवार नाल मोह रखण वाले दोस्तों, साडे रोजाना दे शो खालस स्पैशल विच तुहानूं जी आया। होस्ट कमलजीत सिंह बणवैद दी सत श्री अकाल। खेड़ वाला चरण सिंह चन्नी तो पहला कहा करदा था मैं रिक्शा बाया, रेहड़ा चलाया, मंजे बुने, टेंट लाए। पर भाई एक जिहड़ी नवीं रिपोर्ट आई आ इह तां कुछ होर ही कहिंदी आ चरण सिंह चन्नी दे शाही ठाठां बारे। कहिंदे जदों दा मुख्यमंत्री बनिया उह तां हैलीकाप्टर तों बिना पैर ही नहीं पुटदा। गल रिपोर्ट दे हवाले नाल करिए तां इह कि चरण सिंह चन्नी ने मुख्यमंत्री बनन दे बाद 72 ਦਿਨਾਂ ਵਿੱਚ 200 ਤੋਂ ਵੱਧ ਵਾਰ ਹੈਲੀਕਾਪਟਰ ਦੇ ਹੂਟੇ ਲਏ। ਦੂਜੇ ਸ਼ਬਦਾਂ ਵਿੱਚ ਉਹਦੇ ਘਰੋਂ 201 ਵਾਰ ਹੈਲੀਕਾਪਟਰ ਉੱਡਿਆ। ਹੈਰਾਨੀ ਦੀ ਗੱਲ ਇਹ ਕਿ ਜੇ ਕਿਸੇ ਸ਼ਹਿਰ ਦੇ ਇੱਕ ਖੂੰਜੇ ਤੋਂ ਦੂਜੇ ਖੂੰਜੇ ਜਾਣਾ ਹੋਵੇ ਤਾਂ ਵੀ ਉਹ ਹੈਲੀਕਾਪਟਰ ਤੋਂ ਬਿਨਾਂ ਨਹੀਂ ਤੁਰਦੇ। ਪਤਾ ਨਹੀਂ ਉਹਨਾਂ ਨੂੰ ਬਾਦਲ ਕਹਿੰਦੀਆਂ ਮੁਲਾਇਮ ਸੜਕਾਂ ਜਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਏ ਪੱਚਰ ਜਿਹੜੇ ਆ ਉਹਨਾਂ 'ਤੇ ਵੀ ਹੁਜਕੇ ਲੱਗਦੇ ਆ। ਰਿਪੋਰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਦਿਨੀ 22 ਨਵੰਬਰ ਨੂੰ ਜਦੋਂ ਲੁਧਿਆਣਾ ਟਾਊਨ ਤੋਂ ਲੁਧਿਆਣਾ ਸ਼ਹਿਰ ਤੱਕ ਜਾਂਦੇ ਆ ਤਾਂ ਵੀ ਉਹ ਆਪਣਾ ਜਿਹੜਾ ਹੈਲੀਕਾਪਟਰ ਆ ਉਹਦੀ ਵਰਤੋਂ ਕਰਦੇ ਆ। ਗੱਲ ਆਪਾਂ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਕਿ ਸ਼ਾਹੀ ਠਾਠ ਨਾਲ ਉਹ ਜਿਉਂਦੇ ਰਹੇ ਆ, ਉਹਨਾਂ ਨੇ ਸ਼ਾਹੀ ਠਾਠ ਨਾਲ ਪੂਰੇ ਜਿਹੜੇ ਆਪਣੇ ਨਜ਼ਾਰੇ ਲਏ ਆ, ਸਰਕਾਰੀ ਖਰਚਿਆਂ 'ਤੇ ਬੁੱਲੇ ਲੁੱਟੇ ਆ। ਪਰ ਜੇ ਆਪਾਂ ਇਸ਼ਤਿਹਾਰਬਾਜ਼ੀ ਜਾਂ ਆਪਾਂ ਗੱਲ ਕਰ ਲਈਏ ਹੈਲੀਕਾਪਟਰ ਦੀ, ਤਾਂ ਚਰਨ ਸਿੰਘ ਚੰਨੀ ਨੇ ਸਾਰੇ ਰਿਕਾਰਡ ਤੋੜ ਦਿੱਤੇ। ਮੁੱਖ ਮੰਤਰੀ ਚਰਨ ਸਿੰਘ ਚੰਨੀ ਦਾ ਹਲਕਾ ਚਮਕੌਰ ਸਾਹਿਬ ਚੰਡੀਗੜ੍ਹ ਤੋਂ ਸਿਰਫ 45 ਕਿਲੋਮੀਟਰ ਦੂਰ ਪੈਂਦਾ ਅਤੇ ਜਹਾਜ਼ ਰਾਹੀਂ ਇਹ ਰਸਤਾ ਜਿਹੜਾ 7 ਤੋਂ 8 ਮਿੰਟ ਦਾ ਆ। ਪਰ ਚੰਡੀਗੜ੍ਹ ਤੋਂ ਚਮਕੌਰ ਸਾਹਿਬ ਲਈ ਉਡਾਨ ਭਰਨ ਤੋਂ ਪਹਿਲਾਂ ਜਿੰਨਾ ਸਮਾਂ ਜਹਾਜ਼ ਉੱਡਦਾ ਉਹ ਤੋਂ ਵੱਧ ਸਮਾਂ ਤਾਂ ਪਾਇਲਟ ਨੂੰ ਸਟਾਰਟ ਰੱਖ ਕੇ ਗਰਮ ਕਰਨਾ ਪੈਂਦਾ ਅਤੇ ਕਹਿੰਦੇ 4 ਤੋਂ 5 ਮਿੰਟ ਲੱਗਦੇ ਆ ਜਹਾਜ਼ ਨੂੰ ਇੰਜਨ ਠੰਡਾ ਹੋਣ ਵਿੱਚ। ਸੋ ਆਪਾਂ ਇਹ ਕਹਿ ਲਈਏ ਕਿ ਜਦੋਂ ਉਹਨਾਂ ਨੇ 19 ਸਤੰਬਰ ਨੂੰ ਸਹੁੰ ਚੁੱਕੀ ਸੀ
ਤਾਂ ਸਰਕਾਰੀ ਰਿਕਾਰਡ ਮੁਤਾਬਕ ਸਿਰਫ ਤੇ ਸਿਰਫ ਉਹਨਾਂ ਨੇ ਪਹਿਲੀ ਵਾਰ ਜਿਹੜਾ ਸਫ਼ਰ ਆ ਉਹ 22 ਸਤੰਬਰ ਨੂੰ ਕੀਤਾ ਸੀਗਾ ਹੈਲੀਕਾਪਟਰ ਰਾਹੀਂ। 22 ਸਤੰਬਰ ਤੋਂ ਲੈ ਕੇ 23 ਨਵੰਬਰ 2021 ਤੱਕ ਉਹਨਾਂ ਨੇ ਜਹਾਜ਼ 'ਤੇ 221 ਗੜੇ ਲਾ ਲਏ। ਅਸਲ 'ਚ ਨਾ ਚਰਨ ਸਿੰਘ ਚੰਨੀ ਨੂੰ ਦਿੱਲੀ ਦੇ ਵੀ ਵਾਹਵਾ ਗੜੇ ਲਾਉਣੇ ਪੈਂਦੇ ਆ, ਚਾਹੇ ਇਹ ਗੇੜੇ ਜਿਹੜੇ ਆ ਸਰਕਾਰੀ ਹੋਣ ਜਾਂ ਪਾਰਟੀ ਦੇ। ਵਿਚਾਰੇ ਜਾਂਦੇ ਤਾਂ ਜਹਾਜ਼ ਵਿੱਚ ਹੀ ਕੁਰਸੀ ਡਾਹ ਕੇ ਆ ਨਾ, ਫਿਰ ਉਹਨਾਂ ਨੇ ਰਾਹ ਵਿੱਚ ਫਾਈਲਾਂ ਵੀ ਖੋਲ੍ਹਣੀਆਂ ਹੁੰਦੀਆਂ, ਕਈ ਨੋਟੀਫਿਕੇਸ਼ਨ ਜਾਰੀ ਵੀ ਕਰਨੇ ਹੁੰਦੇ ਆ, ਅਤੇ ਫਿਰ ਉਹਨੇ ਤਿਆਰੀ ਕਰਨੀ ਹੁੰਦੀ ਆ ਪ੍ਰੈਸ ਕਾਨਫਰੰਸ ਵਿੱਚ ਨਵੇਂ ਨਵੇਂ ਦਾਅਵੇ ਕਰਨ ਦੀ, ਨਵੇਂ ਨਵੇਂ ਵਾਅਦੇ ਕਰਨ ਦੀ। ਇੱਕ ਗੱਲ ਮੇਰੇ ਹੋਰ ਦਿਮਾਗ 'ਚ ਆਉਂਦੀ ਕਈ ਵਾਰੀ ਕਿ ਇਹ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੱਸਣ ਵਾਲਾ ਚਰਨ ਸਿੰਘ ਚੰਨੀ ਕਿਤੇ ਪ੍ਰਕਾਸ਼ ਸਿੰਘ ਬਾਦਲ ਦੀ ਢਿੱਲੀ ਜਿਹੀ ਪਗੜਾ ਭੁਲੇਖਾ ਤਾਂ ਨਹੀਂ ਪਾਉਣ ਲੱਗ ਪਿਆ। ਜਿਵੇਂ ਪ੍ਰਕਾਸ਼ ਸਿੰਘ ਬਾਦਲ ਆਪਣੀ ਢਿੱਲੀ ਜਿਹੀ ਪੱਗ ਬੰਨ ਕੇ ਸਾਊ ਹੋਣ ਦਾ ਭੁਲੇਖਾ ਪਾਉਂਦੇ ਸੀਗੇ, ਕਿਤੇ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਬੁੱਕਲ ਆ ਉਹ ਕਿ ਪ੍ਰਕਾਸ਼ ਸਿੰਘ ਬਾਦਲ ਵਾਲੀ ਦੀ ਢਿੱਲੀ ਪੱਗ ਦਾ ਭੁਲੇਖਾ ਨਾ ਪਾਉਣ ਲੱਗ ਜਾਏ। ਮੇਰੇ ਇਸ ਵੇਲੇ ਜੇਨ ਵਿੱਚ ਇੱਕ ਚਰਨ ਸਿੰਘ ਚੰਨੀ ਦਾ ਬਿਆਨ ਆ ਰਿਹਾ, ਜਦੋਂ ਉਹਨਾਂ ਨੇ ਸਹੁੰ ਚੱਕਣ ਤੋਂ ਕੁਛ ਦਿਨਾਂ ਬਾਅਦ ਹੀ ਕਪੂਰਥਲੇ ਟੈਕਨੀਕਲ ਯੂਨੀਵਰਸਿਟੀ 'ਚ ਭੰਗੜਾ ਪਾਇਆ ਸੀ ਅਤੇ ਨਾਲ ਹੀ ਕਹਿਤਾ ਸੀ ਭਾਈ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ, ਆ ਜਿਹੜੀ 1000 ਬੰਦਾ ਮੇਰੇ ਮਗਰ ਲਾਇਆ ਫਿਰਦਾ ਨਾ ਇਹਨੂੰ ਕਿਸੇ ਹੋਰ ਪਾਸੇ ਲਾ ਦਿਓ। ਹੁਣ ਚਰਨਜੀਤ ਸਿੰਘ ਚੰਨੀ ਨੂੰ ਉਹ ਜਿਹੜੀ ਸਿਕਿਉਰਿਟੀ ਸੀ ਉਹਦਾ ਵੀ ਚੇਤਾ ਭੁੱਲ ਗਿਆ ਕਿ ਘੱਟ ਹੀ ਆ ਜਾਂ ਵਧੀ ਆ, ਅਤੇ ਨਾਲ ਦੀ ਨਾਲ ਜਿਹੜਾ ਹੈਲੀਕਾਪਟਰ ਆ ਉਹਦੇ ਹੂਟੇ ਲੈਣ ਦਾ ਜਿਹੜਾ ਸ਼ਾਹੀ ਅੰਦਾਜ਼ ਜਿਉਣ ਦਾ ਵੀ ਆਨੰਦ ਆਉਣ ਲੱਗ ਗਿਆ। ਰਿਪੋਰਟ ਵਿੱਚ ਚਰਨਜੀਤ ਸਿੰਘ ਚੰਨੀ ਬਾਰੇ ਕਿਹਾ ਤਾਂ ਇਹ ਗਿਆ ਕਿ ਉਹਨੇ ਜਹਾਜ਼ ਦੇ ਹੂਟੇ ਲੈਣ ਵਿੱਚ ਪਿਛਲੇ ਸਾਰੇ ਮੁੱਖ ਮੰਤਰੀਆਂ ਦੇ ਰਿਕਾਰਡ ਤੋੜ ਦਿੱਤੇ। ਪਰ ਜੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਹਨਾਂ ਤੋਂ ਪਹਿਲਾਂ ਮੁੱਖ ਮੰਤਰੀ ਰਹੇ ਆ ਕਾਂਗਰਸ ਦੇ, ਉਹਨਾਂ ਦੀ ਗੱਲ ਕਰ ਲਈਏ, ਇੰਨਾ ਤਾਂ ਜਹਾਜ਼ ਦੇ ਵਿੱਚ ਹੂਟੇ ਉਹ ਵੀ ਨਹੀਂ ਲੈਂਦੇ ਰਹੇ। ਕੈਪਟਨ ਅਮਰਿੰਦਰ ਸਿੰਘ ਵੀ ਜਦੋਂ ਦਿੱਲੀ ਜਾਂਦੇ ਸੀ ਜਾਂ ਕਿਤੇ ਦੂਰ ਦੁਰਾਡੇ, ਵੈਸੇ ਉਹਨਾਂ ਦੇ ਵੀ ਜਿਹੜੀ ਆ ਜਹਾਜ਼ ਦੇ ਚੱਕਰਾਂ ਦੀ ਜਿਹੜੀ ਗੱਲ ਆ ਉਹ ਚਹਿਲ ਨੂੰ ਵਧੇਰੇ ਚੱਲਦੀ ਰਹੀ ਆ, ਪਰ ਉਹ ਵੀ ਉਦੋਂ ਹੀ ਜਹਾਜ਼ ਵਰਤਦੇ ਸੀਗੇ ਜੇ ਉਹਨਾਂ ਨੇ ਕੋਈ 80-90 ਕਿਲੋਮੀਟਰ ਦੂਰ ਪੈਂਦੇ ਪਟਿਆਲੇ ਨੂੰ ਜਾਣਾ ਹੁੰਦਾ ਨਾ ਤਾਂ ਉਹ ਸੜਕੀ ਰਸਤੇ ਜਾਂਦੇ। ਪਰ ਚਰਨਜੀਤ ਸਿੰਘ ਚੰਨੀ ਹੁਣੀ ਆਪਣੇ ਹਲਕੇ ਚਮਕੌਰ ਸਾਹਿਬ ਨੂੰ ਵੀ ਹੈਲੀਕਾਪਟਰ ਜਾਂਦੇ ਆ, ਅਤੇ ਰਿਪੋਰਟ ਇਹ ਵੀ ਕਹਿੰਦੀ ਆ ਕਿ ਜੇ ਉਹਨਾਂ ਨੇ 10 ਮਿੰਟ ਦਾ ਸਫ਼ਰ ਵੀ ਤੈਅ ਕਰਨਾ ਤਾਂ ਵੀ ਹੈਲੀਕਾਪਟਰ ਖੋਲ ਚੁੱਕਦੇ ਆ। ਅਤੇ ਆਪਾਂ ਵੈਸੇ ਜੇ ਨਿਰਪੱਖ ਤੌਰ 'ਤੇ ਗੱਲ ਕਰ ਲਈਏ ਤਾਂ ਇਹ ਵੀ ਕਿ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਪ੍ਰੋਗਰਾਮ ਹੈ ਨਾ ਪੈਕਡ ਰਹਿੰਦਾ, ਅੱਜ ਉਹ ਪੰਜਾਬ ਦੇ ਖੁੰਝੇ ਹੁੰਦੇ ਆ ਸਵੇਰ ਵੇਲੇ, ਸ਼ਾਮ ਨੂੰ ਕਿਤੇ ਹੋਰ ਖੁੰਝੇ। ਹਾਂ, ਉਹਨਾਂ ਨੇ ਆਪਣੇ ਪ੍ਰੋਗਰਾਮ ਹੀ ਇੰਨੇ ਬਣਾ ਰੱਖੇ ਆ। ਸ਼ਾਇਦ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਬਾਰੇ ਜਿਹੜੀ ਇੱਕ ਚਰਚਾ ਸੀ ਨਾ ਕਿ ਉਹਨੇ ਆਪਣੇ ਆਪ ਨੂੰ ਸੀਸਮਾ ਜਿਹੜਾ ਹੈਗਾ ਉਹਨਾਂ ਦਾ ਉੱਥੇ ਆਪਣਾ ਬਾਗ ਮਹਿੰਦਰਾ ਬਾਗ ਉਹਦੇ ਵਿੱਚ ਹੀ ਬਲਗ ਲਿਆ, ਜਿਹੜਾ ਪੂਰੇ ਪੰਜਾਬ ਦਾ ਮਾਲਕ ਸੀ ਉਹ ਸੀਸਮਾ ਵਿੱਚ ਲੁੱਕ ਕੇ ਬੈਠ ਗਿਆ। ਸ਼ਾਇਦ ਉਹ ਇਹ ਭਰਮ ਤੋੜਨਾ ਚਾਹੁੰਦੇ ਆ, ਅਤੇ ਉਹਨਾਂ ਨੂੰ ਸ਼ਾਇਦ ਇੰਝ ਵੀ ਲੱਗਣ ਲੱਗ ਪਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਜਿਹੜਾ ਜਾਣ ਦਾ ਕਾਰਨ ਬਣਿਆ ਸੀ ਨਾ ਮੁੱਖ ਮੰਤਰੀ ਵਜੋਂ, ਉਹ ਉਹਨਾਂ ਦਾ ਲੋਕਾਂ ਤੋਂ ਦੂਰੀ ਰੱਖਣਾ ਜਾਂ ਐਲਾਨ ਅਤੇ ਦਾਅਵੇ ਇੰਨੇ ਨਾ ਕਰਨਾ ਉਹ ਸੀ। ਪਰ ਅੱਜ ਜੇ ਹੁਣ ਗੱਲ ਚੱਲੀ ਆ ਤਾਂ ਮੈਂ ਗੱਲ ਕਰ ਵੀ ਦਿਆਂ ਕਿ ਉੱਚ ਭਰੋਸੇ ਸੂਤਰੇ ਦੱਸਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਇਸ ਕਰਕੇ ਨਹੀਂ ਗਈ ਕਿ ਨਵਜੋਤ ਸਿੰਘ ਸਿੱਧੂ ਉਹਦੇ ਮਗਰ ਪਏ ਹੋਏ ਸੀਗੇ। ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਜਿਹੜੀ ਆ ਨਾ ਜੀ ਉਹ ਇਸ ਕਰਕੇ ਗਈ ਆ ਕਿ ਹਾਈ ਕਮਾਂਡ ਨੂੰ ਇਹ ਭਿਣਕ ਪੈ ਗਈ ਸੀ ਕਿ ਕੈਪਟਨ ਅਮਰਿੰਦਰ ਸਿੰਘ ਮੋਤੀਆਂ ਵਾਲੀ ਸਰਕਾਰ ਜਿਹੜੀ ਆ ਉਹ ਹਾਈ ਕਮਾਂਡ ਦੇ ਇਸ਼ਾਰੇ 'ਤੇ ਘੱਟ ਅਤੇ ਨਰਿੰਦਰ ਮੋਦੀ ਦੇ ਇਸ਼ਾਰੇ 'ਤੇ ਜ਼ਿਆਦਾ ਚੱਲਦੀ ਆ। ਮੈਂ ਕਹਿ ਲੈਂਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੋਦੀ ਨਾਲ ਜਿਹੜੀ ਯਾਰੀ ਆ ਨਾ ਉਹ ਮਹਿੰਗੀ ਪੈ ਗਈ। ਪਰ ਇੱਥੇ ਇੱਕ ਹੋਰ ਗੱਲ ਵੀ ਕਰਨੀ ਬਣਦੀ ਆ ਕਿ ਨਰਿੰਦਰ ਮੋਦੀ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਯਾਰੀ ਦਾ ਪੂਰਾ ਮੁੱਲ ਪਾਇਆ। ਹੁਣ ਭਾਰਤੀ ਜਨਤਾ ਪਾਰਟੀ ਨੂੰ ਪਤਾ ਲੱਗ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੱਲੇ ਕੁਛ ਹੈ ਨਹੀਂ ਗਾ। ਜਿਹੜੇ ਉਹ 25 MLA ਕਹਿੰਦੇ ਸੀ ਨਾ ਉਹ ਤਾਂ ਛੱਡ ਦਈਏ, 2.5 MLA ਵੀ ਹੈ ਨਹੀਂ। ਪਰ ਨਰਿੰਦਰ ਮੋਦੀ ਨੇ ਕੱਲ੍ਹ
एक अपना जिहड़ा जोगिंदर गौतम आ उहनू भेजिया कैप्टन अमरिंदर सिंह सीसा महल ते, ते उहने सारी जिहड़ी रणनीति आ पंजाब दी सियासत दी उहदे बारे गलबात कीती आ, विचार वटांदरा कीता। सो इहदा मतलब इह होया कि कैप्टन अमरिंदर सिंह कोले कोई केडर कोई नेता कुछ भी ना होने के बावजूद नरेंद्र मोदी का एलची सीसा पहुँचया, ये बहुत बड़े अर्थ आ। पर नाल ही देखो पंजाब दे एक होर लीडर जिहड़ा अपने आप नूं काफ़ी तौर पर प्रचार कर रहा सी कि मैं मोदी दे नेड़े आ, साडी भाजपा नाल गलबात चल पई, जां भाजपा ने उहनूं नाल खिच्चण लई पद्म भूषण भी दित्ता सीगा, वो नेता हुण पिछे होकर रह गया। तो जिहड़ी आड़ी सीगी नरेंद्र मोदी ते कैप्टन अमरिंदर सिंह दी वो रंग दिखाउण लगी आ। पर इत्थे गल एक मैं थोड़े होर भी सांझी कर लैंदा जिहड़ी करनी बणदी भी आ कि जे कैप्टन अमरिंदर सिंह दी जिवें हुण नरेंद्र मोदी मनदे आ जे ऐं दोनों की यारी पई रही तां इह दूर कोई वड्डी गल नहीं है कि पंजाब दे अगले मुख्यमंत्री सुनील जाखड़ होण, क्योंकि सुनील जाखड़ नूं कांग्रेस हाईकमांड बड़े बड़े अहुदे दे के भी पत्याउण च असफल रही आ। पर इत्थे मैनूं गल ना होर बहुत वड्डी चेते आ रही आ, वो ये कि एक समां सी जदों कैप्टन अमरिंदर सिंह ने गुरदासपुर विच एक रैली नूं संबोधन करदिआं कहता सीगा कि उहनां नूं सुनील जाखड़ विच्चों अगला मुख्यमंत्री दिस रिहा। सो कैप्टन अमरिंदर सिंह दी उह वाली भविखबाणी जिहड़ी आ मैनूं उत्ते मोहर लगदी दिस रही आ। पर एक गल होर भी आ, कैप्टन अमरिंदर सिंह नूं जदों हुण इह पता कि भाजपा उहनूं मुख्यमंत्री बनाउण वाली नहीं हैगी तां इहनूं क्यों बेहतर नहीं है कि उहनां दा अपना विश्वास पात्र जिहड़ा सुनील जाखड़ आ उहनूं प्रधान उहनूं मुख्यमंत्री बना देण। फिर नाले एक होर भी याद करा दां कि सुनील जाखड़ हुण जिहड़े आ ना एडे कसाऊ आ कि जदों पंजाब प्रदेश दे प्रधान से कांग्रेस दे उदों उह चरण सिंह चन्नी वांगू जहर नहीं सी घोलदे। जे कैप्टन अमरिंदर सिंह दे दर ते उह ना बिना अपॉइंटमेंट तों खड़ गए तां कैप्टन अमरिंदर सिंह उहनां नूं वापस मोड़दे रहे आ। वैसे उंज मैं चेते करा दां अजिहा कुछ तां पंजाब यूथ कांग्रेस दे प्रधान वरिंदर ढिल्लों नाल भी वापर चुका, पर फिर भी रला मिला के आपां कह सकदे आ कि कैप्टन अमरिंदर सिंह नूं बारा खा जाऊ जे सुनील जाखड़ जिहड़े आ उह पंजाब दे मुख्यमंत्री भाजपा वल्लों बण जाण। पर एक गल इह वी आ कि भाजपा की वड्डी टेक जिहड़ी आ उह हिंदू वोटरां ते आ, ते सुनील जाखड़ जिहड़ा आ इक हिंदू चेहरा भी आ। सो गल असल च चली सी चरणजीत सिंह चन्नी तों, क्योंकि चरणजीत सिंह चन्नी हुणी मुख्यमंत्री आ ते अपने आप नूं उह चाहे अगला मुख्यमंत्री होण दा दावा भी नहीं करदे हैगे, पर फिर भी किते ना किते जो उहनां दी नट भज्जे आ वो तो लगता आ कि वह लोगों को भरमा लेना चाहते आ कि चरणजीत सिंह चन्नी कि जे दुबारा आ जाए जोड़ा इन्होंने ढाई महीने ज कद्दू च तीर मारता ना वो पता नहीं की कर लूगे। सो चरणजीत सिंह चन्नी जिहड़े अपने आप नूं आम आदमी पार्टी नूं दावा करते जिहड़े अरविंद केजरीवाल नूं कहिंदे आ कि इहनूं की पता बांदर कीला गेम कीड़ी की हुंदी आ, इहनूं की पता काढ़ी दुध किवें कढ़दा। कदे कदे मैनूं लगता हुंदा कि जिहड़ियां इलैक्शनां आ अगलियां ਉਹ ਬਾਂਦਰ ਕੀਲਾ ਗੇਮ 'ਤੇ ਲੜੀਆਂ ਜਾਣਗੀਆਂ ਜਾਂ ਦੁੱਧ 'ਚ ਮਧਾਣੀ ਫੇਰਨ 'ਤੇ ਲੜੀਆਂ ਜਾਣਗੀਆਂ। ਪਰ ਕੁਛ ਵੀ ਆ, ਚਰਨਜੀਤ ਸਿੰਘ ਚੰਨੀ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਭੁਲੇਖਾ ਹੋਣ ਦਾ ਭੁਲੇਖਾ ਪਾ ਰਹੇ ਆ, ਅਤੇ ਇਹਦੇ ਉਲਟ ਜਿਹੜੀ ਰਿਪੋਰਟ ਆ ਉਹ ਕੁਝ ਹੋਰ ਕਹਿ ਰਹੀ ਆ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਸ਼ਾਹੀ ਠਾਠ ਬਾਠ ਨਾਲ ਜੂ ਰਹੇ ਆ ਅਤੇ ਉਹਨਾਂ ਨੇ ਹੈਲੀਕਾਪਟਰ ਦੇ ਹੂਟੇ ਲੈਣ ਵਿੱਚ ਪਿਛਲੇ ਸਾਰੇ ਮੁੱਖ ਮੰਤਰੀ ਦੇ ਰਿਕਾਰਡ ਆ ਉਹ ਤੋੜ ਦਿੱਤੇ ਆ। ਸੋ ਅੱਜ ਦੇ ਜਿਹੜਾ ਸਾਡਾ ਖਾਲਸ ਸਪੈਸ਼ਲ ਸ਼ੋਅ ਆ ਇਹਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਹੂਟੇ ਲੈਣ ਦਾ ਚੜਿਆ ਚਾਅ ਬਾਰੇ ਇੰਨਾ ਕੁ ਕਾਫੀ ਸਾਨੂੰ। ਤੁਸੀਂ ਆਪਣੇ ਜਿਹੜਾ ਸਾਡਾ ਸ਼ੋਅ ਆ ਉਹਦੇ ਬਾਰੇ ਆਪਣੇ ਵਿਚਾਰ ਜ਼ਰੂਰ ਦੱਸਦੇ ਰਿਹਾ ਕਰੋ, ਹੁੰਗਾਰਾ ਭਰਦੇ ਰਿਹਾ ਕਰੋ, ਸਾਨੂੰ ਤੁਹਾਡੇ ਜਿਹੜਾ ਰਿਸਪੋਂਸ ਦੀ ਹਮੇਸ਼ਾ ਹੀ ਉਡੀਕ ਰਹਿੰਦੀ ਆ। ਅੱਜ ਲਈ ਇੰਨਾ ਹੀ ਕਾਫੀ, ਤੁਸੀਂ ਮੈਨੂੰ ਕਮਲਜੀਤ ਸਿੰਘ ਬਣਾਇਆ ਨੂੰ ਦਿਓ ਇਜਾਜ਼ਤ, ਕੱਲ੍ਹ ਨੂੰ ਮਿਲਾਂਗੇ ਮੁੜ ਖਾਲਸ ਸਪੈਸ਼ਲ ਵਿੱਚ। ਤਦ ਤੱਕ ਚੰਗਾ ਦਿਨ ਰਹੇ, ਸ਼ੁਭ ਦਿਨ ਰਹੇ, ਸ਼ੁਕਰੀਆ, ਮਿਹਰਬਾਨੀ, ਸਤਿ ਸ਼੍ਰੀ ਅਕਾਲ।